ਜਲੰਧਰ ਪੱਛਮੀ ਦੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਪੱਬਾਂ ਭਰ ਹੋਈਆਂ ਪਈਆਂ ਨੇ ਤੇ ਇਸ ਵੇਲੇ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਤੇ ਹਾਲ ਹੀ ਵਿੱਚ ਕਾਂਗਰਸ ਦੇ ਪਾਰਲੀਮੈਂਟ ਮੈਂਬਰ ਬਣੇ ਨੇ ਚਰਨਜੀਤ ਸਿੰਘ ਚੰਨੀ ਇਸ ਵੇਲੇ ਮੌਜੂਦ ਹੈ ਕਬੀਰ ਮੰਦਿਰ ਨਤਮਸਤਕ ਹੋ ਕੇ ਆਏ ਨੇ ਤੇ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਕੌਰ ਬੀਬੀ ਸੁਰਿੰਦਰ ਕੌਰ ਵਾਸਤੇ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਜਲੰਧਰ ਪੱਛਮੀ ਦੇ ਵਿੱਚ ਗੱਲਬਾਤ ਵੀ ਕਰਾਂਗੇ ਪਰ ਫਿਲਹਾਲ ਦੀਆਂ ਤਸਵੀਰਾਂ ਤੁਹਾਡੇ ਨਸ਼ਰ ਕਰ ਰਹੇ ਹਾਂ ਕਿ ਲੋਕਾਂ ਦਾ ਭਾਰੀ ਉਤਸ਼ਾਹ ਲੋਕਾਂ ਦਾ ਨਿੱਘਾ ਪ੍ਰੇਮ ਉਹਨਾਂ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਲੋਕਾਂ ਨਾਲ ਖੁੱਲ ਕੇ ਗੱਲਬਾਤ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਵੇਲੇ ਜਲੰਧਰ ਵੈਸਟ ਦੇ ਭਾਰਗਵ ਕੈਂਪ ਇਲਾਕੇ ਦੇ ਵਿੱਚ ਚਰਨਜੀਤ ਸਿੰਘ ਚੰਨੀ ਲੋਕਾਂ ਦੇ ਨਾਲ ਵਿਚਰਦੇ ਹੋਏ ਨਜ਼ਰ ਆ ਰਹੇ ਨੇ ਕਾਂਗਰਸ ਦੇ ਕੈਂਡੀਡੇਟ ਬੀਬੀ ਸੁਰਿੰਦਰ ਕੌਰ ਲਈ ਚੁਣਾਵ ਪ੍ਰਚਾਰ ਕਰ ਰਹੇ ਨੇ ਡੋਰ ਟੂ ਡੋਰ ਉਹਨਾਂ ਲਈ ਵੋਟ ਦੀ ਅਪੀਲ ਕੀਤੀ ਜਾ ਰਹੀ ਹੈ ਚਰਨਜੀਤ ਸਿੰਘ ਚੰਨੀ ਵੱਲੋਂ ਤੇ ਲੋਕਾਂ ਦਾ ਥਾਹ ਪਿਆਰ ਜਿਹੜਾ ਉਹਨਾਂ ਨੂੰ ਮਿਲਦਾ ਹੋਇਆ ਇੱਥੇ ਨਜ਼ਰ ਆ ਰਿਹਾ ਹੈ ਕੋਸ਼ਿਸ਼ ਕਰਾਂਗੇ ਚੰਨੀ ਉਹਨਾਂ ਨਾਲ ਗੱਲਬਾਤ ਕਰਨ ਲਈ ਚੰਨੀ ਸਾਹਿਬ ਪਹਿਲਾਂ ਤਾਂ ਚੋਣ ਕੰਪੇਨ ਕਿੱਦਾਂ ਦੀ ਚੱਲ ਰਹੀ ਹੈ ਬਹੁਤ ਵਧੀਆ ਚੱਲ ਰਹੀ ਦੇਖੋ ਇਹ ਦੱਸ ਰਹੇ ਕਿ ਅਸੀਂ ਕੱਟੜ ਕਾਂਗਰਸੀ ਆ ਤੇ ਕਾਂਗਰਸ ਨੂੰ ਵੋਟ ਪਾਉਣੇ ਕਾਂਗਰਸ ਜੀਏ ਕਾਂਗਰਸ ਮਰਨਾ ਅੱਛਾ ਸੋਸ਼ਲ ਮੀਡੀਆ ਤੇ ਇੱਕ ਆਡੀਓ ਵਾਇਰਲ ਹੋ ਰਹੀ ਹੈ ਬੜੀ ਚਰਚਾ ਚ ਹਾਂਜੀ ਸ਼ੀਤਲ ਉਂਗਰਾਲ ਹੋਰਾਂ ਦੀ ਤੁਸੀਂ ਸੁਣੀ ਹੋ ਸ਼ੀਤਲ ਉਂਗਰਾਲ ਦੀ ਵੀ ਹੋ ਰਹੀ ਹੈ ਤੇ ਮਹਿੰਦਰ ਹੋਰਾਂ ਦੀ ਵੀ ਹੋ ਰਹੀ ਹੈ ਮਹਿੰਦਰ ਜੀ ਦਾ ਮੁੰਡਾ ਜਿਹੜਾ ਉਹ ਇੱਕ ਨੌਕਰਾਣੀ ਨਾਲ ਗੱਲ ਕਰ ਰਿਹਾ ਤੇ ਨੌਕਰਾਣੀ ਉਹਨੂੰ ਕਹਿ ਰਹੀ ਹੈ ਕਿ ਤੂੰ ਮੈਨੂੰ ਮਿਸਯੂਜ਼ ਕੀਤਾ ਤੂੰ ਮੇਰੇ ਨਾਲ ਗਲਤ ਕੀਤਾ ਤੇਰਾ ਬਾਪ ਮੇਰੇ ਨਾਲ ਗਲਤ ਕਰਦਾ ਰਿਹਾ ਜਿਸ ਤਰੀਕੇ ਦੀ ਆਡੀਓ ਆਈ ਹੈ ਲੱਗਦਾ ਨੀ ਕਿ ਸ਼ੀਤਲ ਹੋਰਾਂ ਦਾ ਜਿਹੜਾ ਸੁਭਾਅ ਆ ਜਾਂ ਉਹਨਾਂ ਦਾ ਜਿਹੜਾ ਲੋਕਾਂ ਪ੍ਰਤੀ ਗੱਲਬਾਤ ਕਰਨ ਦਾ ਤਰੀਕਾ ਬਹੁਤ ਸ਼ੀਤਲ ਉਂਗਰਾਲ ਦੀ ਵੀ ਆਪਣੀ ਨੌਕਰਾਣੀ ਨਾਲ ਵੀਡੀਓ ਆਈ ਤੇ ਇੱਕ ਬੰਦੇ ਨਾਲ ਵੀ ਆਈ ਜਿਹਨੂੰ ਗਾਲਾਂ ਕੱਢ ਰਿਹਾ ਇਹ ਬੰਦਾ ਹੀ ਏਦਾਂ ਦਾ ਹੈ ਕਿ ਹਰ ਕਿਸੇ ਨੂੰ ਗਾਲ ਕੱਢ ਕੇ ਗੱਲ ਕਰਦਾ ਤੇ ਧੀਆਂ ਭੈਣਾਂ ਦੀ ਇੱਜ਼ਤ ਨਹੀਂ ਕਰਦਾ ਰਹੀ ਗੱਲ ਕੰਪੇਨ ਦੀ ਕਰਦੇ ਸੀ ਮੁੜ ਵਾਪਸ ਕੰਪੇਨਿੰਗ ਤੇ ਆਉਂਦੇ ਆ ਕੰਪੇਨਿੰਗ ਦੇ ਵਿੱਚ ਸੁਰਿੰਦਰ ਕੌਰ ਹੁਣਾਂ ਨੂੰ ਪਿਆਰ ਮਿਲਦਾ ਹੋਵੇ ਜਾਂ ਨਾ ਮਿਲਦਾ ਕਿਉਂਕਿ ਅਸੀਂ ਉੱਥੇ ਗਏ ਨਹੀਂ ਤੁਹਾਨੂੰ ਬਹੁਤ ਪਿਆਰ ਮਿਲ ਗਿਆ ਬਹੁਤ ਧੰਨਵਾਦ ਤੁਹਾਡਾ ਲੋਕ ਬਹੁਤ ਪਿਆਰ ਦੇ ਰਹੇ ਤੇ ਵੱਡੇ ਮਾਰਜਨ ਦੇ ਨਾਲ ਕਾਂਗਰਸ ਜਿੱਤਣ ਜਾ ਰਹੀ ਧੰਨਵਾਦ ਗੱਲਬਾਤ ਕਰਨ ਲਈ ਸੋ ਇਸ ਸਾਲ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਤੇ ਹਾਲ ਹੀ ਦੇ ਵਿੱਚ ਬਣੇ ਮੈਂਬਰ ਆਫ ਪਾਰਲੀਮੈਂਟ ਜਿਨ੍ਹਾਂ ਨੇ ਦੈਨਿਕ ਸਵੇਰਾ ਨਾਲ ਖਾਸ ਗੱਲਬਾਤ ਕੀਤੀ ਔਰ ਕੰਪੇਨਿੰਗ ਦੇ ਬਾਰੇ ਵੀ ਖੁੱਲ ਕੇ ਗੱਲਬਾਤ ਕੀਤੀ ਔਰ ਵੱਡੀ ਜਿੱਤ ਹੋਣ ਦਾ ਦਾਅਵਾ ਵੀ ਕੀਤਾ ਕੈਮਰਾਮੈਨ ਸੁਖਵਿੰਦਰ ਦੇ ਨਾਲ ਸੁਰਿੰਦਰ ਕੰਬੋਜ ਜਲੀਕਸ ਟੀਵੀ ਜਲੰਧਰ ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ